ਅਕਾਲ ਜੀ, ਮੈਂ ਅਮਿਤ ਚਾਵਲਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਦੋਸਤੋ, ਅੱਜ ਅਸੀਂ ਮਾਤਾ ਗੁਜਰੀ ਭਲਾਈ ਕੇਂਦਰ ਦੇ ਦਫ਼ਤਰ ਦੇ ਵਿੱਚ ਹਾਂ, ਜਿੱਥੇ 8ਵਾਂ ਜਿਹੜਾ ਸਮਾਗਮ, ਜਿਹੜਾ ਵਿਆਹ ਦਾ ਸਮਾਗਮ, ਜਿਹੜਾ ਇਹਨਾਂ ਵੱਲੋਂ ਮਾਰਚ ਦੇ ਵਿੱਚ 8 ਮਾਰਚ ਨੂੰ ਜਿਹੜਾ ਕੀਤਾ ਜਾਵੇਗਾ, ਅਤੇ 20 ਫਰਵਰੀ ਤੱਕ ਕਿਸੇ ਵੀ ਕੋਈ ਵੀ ਅਗਰ ਲੋੜਵੰਦ ਕੋਈ ਪਰਿਵਾਰ ਹੈ ਤਾਂ ਉਹ ਇਹਨਾਂ ਸੰਸਥਾ ਦੇ ਨਾਲ ਜੁੜ ਕੇ ਜਿਹੜਾ ਵਿਆਹ ਦੇ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦਾ। ਅਤੇ ਕੀ ਹੈ ਸਾਰਾ ਵਿਸ਼ਾ, ਮਾਸਟਰ ਕੁਲਵੰਤ ਜੀ ਤੋਂ ਜਾਣਦੇ ਕੀ ਹੈ, ਕੀ ਕਹਿ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ 2018 ਤੋਂ ਜੋ ਵਿਆਹ ਮਹਿਸੂਸ ਸ਼ੁਰੂ ਕੀਤਾ ਗਿਆ, ਕਿਉਂਕਿ ਉਦੋਂ ਮਹਿਸੂਸ ਕੀਤਾ ਗਿਆ ਕਿ ਜਿੰਨਾ ਗਰੀਬ ਬੱਚਿਆਂ ਦੇ ਪਿਤਾ ਜਾਂ ਮਾਤਾ ਪਿਤਾ ਗੁਜ਼ਰ ਜਾਂਦੇ ਨੇ ਜਾਂ ਅੰਗਹੀਣ ਹੋ ਜਾਂਦੇ ਨੇ ਤਾਂ ਬੱਚਿਆਂ ਨੂੰ ਤੋੜਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਇਹ 8ਵਾਂ ਵਿਆਹ ਮਹਾਂ ਉਤਸਵ ਜੋ ਆਉਣ ਵਾਲੀ 8 ਮਾਰਚ ਨੂੰ ਮਹਾਂ ਆਪਣਾ ਮਹਿਲਾ ਦਿਵਸ ਦੇ ਮੌਕੇ ਕੀਤਾ ਜਾਣਾ ਹੈ, ਉਹਦੇ ਸੰਬੰਧੀ ਅੱਜ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ, ਕਿਉਂਕਿ 4 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਹੈ, ਬੱਚਿਆਂ ਨੇ ਵੀ ਸੰਪਰਕ ਕਰਨਾ ਹੈ। ਸੋ ਇਹ ਜੋ ਔਰਤਾਂ ਦੇ ਭਲਾਈ ਦਾ ਕਾਰਜ ਹੈ, ਔਰਤਾਂ ਵੱਲੋਂ ਹੀ ਇਸ਼ਤਿਹਾਰ ਜਾਰੀ ਕਰਵਾਇਆ ਜਾਂਦਾ ਹੈ। ਸੋ ਅੱਜ ਸਾਡੇ ਕੋਲ ਸਤਿਕਾਰਯੋਗ ਬਲਵੀਰ ਕੌਰ ਜੀ ਆਸਟ੍ਰੇਲੀਆ ਤੋਂ, ਬਲਵੀਰ ਕੌਰ ਜੀ ਹੀ ਬਲਾਡਾ ਪਿੰਡ ਤੋਂ, ਸਪਤਨੀ ਸਰਦਾਰ ਗੁਰਬਚਨ ਸਿੰਘ ਜੀ ਇੰਸਪੈਕਟਰ, ਅਤੇ ਇਸੇ ਤਰ੍ਹਾਂ ਮਨਿੰਦਰ ਕੌਰ ਜੀ ਸਪਤਨੀ, DSP ਸਵਰਗਵਾਸੀ ਸਰਦਾਰ ਰਵਿੰਦਰ ਸਿੰਘ ਜੀ, ਰਣਵੀਰ ਸਿੰਘ ਜੀ, ਅਤੇ ਰਸੀਆ ਤੋਂ ਸਾਡੇ ਕੋਲ ਸਪੈਸ਼ਲ ਸਿੰਮੀ ਜੀ ਪਹੁੰਚੇ ਨੇ। ਸੋ ਇਹਨਾਂ ਚਾਰਾਂ ਮਹਾਂਪੁਰਸ਼ ਇਸਤਰੀਆਂ ਵੱਲੋਂ ਜੋ ਇਸ਼ਤਿਹਾਰ ਜਾਰੀ ਕੀਤੇ ਗਏ ਨੇ, ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਲੋੜਵੰਦ ਲੜਕੀ ਮਿਲਦੀ ਹੈ ਤਾਂ ਸਾਨੂੰ ਸੂਚਿਤ ਕਰੋ। ਅਤੇ ਵੱਡਾ ਉਤਸਵ ਹੁੰਦਾ ਹੈ, ਇਹਦੇ ਵਿੱਚ ਖਰਚੇ ਵੀ ਬਹੁਤ ਹੁੰਦੇ ਨੇ, ਅਤੇ ਸਭ ਨੂੰ ਬੇਨਤੀ ਹੈ ਕਿ ਸਹਿਯੋਗ ਵੀ ਪੂਰਾ ਦਿਓ। ਸੋ ਜੋ ਅਸੀਂ ਕੋਈ ਥਾਂ ਲਈ ਹੈ ਲਾਇਬ੍ਰੇਰੀ ਵਾਸਤੇ, ਦਫ਼ਤਰ ਵਾਸਤੇ, ਉਹਦੇ ਬਾਰੇ ਤੁਹਾਨੂੰ ਮੋਨੀ ਜੀ ਸਮਝਾਉਣਗੇ। ਸੋ ਜਿਨ੍ਹਾਂ ਨੇ ਵੀ ਆ ਕੇ ਇੱਥੇ ਦਰਸ਼ਨ ਦਿੱਤੇ ਨੇ, ਸਹਿਯੋਗ ਦਿੱਤਾ ਹੈ, ਸਾਰਿਆਂ ਦਾ ਸੰਸਥਾ ਵੱਲੋਂ ਤਹਿ ਦਿਲੋਂ ਧੰਨਵਾਦ, ਔਰ ਆਸ਼ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਮੋਨੀ ਜੀ, 8ਵਾਂ ਜਿਹੜਾ ਵਿਆਹ ਮਹਾਂ ਉਤਸਵ ਤੁਸੀਂ ਇਸ ਵਾਰ ਜਿਹੜਾ 8 ਮਾਰਚ ਨੂੰ ਕਰਨ ਜਾ ਰਹੇ ਹੋ, ਅਤੇ ਬਹੁਤ ਵੱਡਾ ਉਪਰਾਲਾ, ਆਸਟ੍ਰੇਲੀਆ ਤੋਂ ਵੀ ਜਿਹੜੇ ਸਪੈਸ਼ਲ ਜਿਹੜੇ ਆ ਤੁਹਾਨੂੰ ਡੋਨੇਟ ਕਰ ਰਹੇ ਨੇ, ਕਾਫੀ ਜਿਹੜੇ ਸੰਸਥਾਵਾਂ ਤੁਹਾਡੇ ਨਾਲ ਮਿਲ ਕੇ ਕੰਮ ਕਰੇ, ਕੀ ਕਹਿਣਾ ਚਾਹੋਗੇ? ਇਹ ਸਾਰੇ ਨਗਰ ਨਿਵਾਸੀਆਂ ਦੇ, ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਵਿਆਹ ਉਤਸਵ ਕਰਨ ਜਾ ਰਹੇ ਹਾਂ। ਪਿਛਲੇ ਸਮੇਂ ਦੇ ਵਿੱਚ ਵੀ ਸੰਸਥਾ ਵੱਲੋਂ ਬਹੁਤ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ। ਜਿੱਥੇ ਅੱਜ ਅਸੀਂ ਵਿਆਹ ਉਤਸਵ ਲਈ ਇਸ਼ਤਿਹਾਰ ਜਾਰੀ ਕੀਤਾ, ਉੱਥੇ ਸੰਸਥਾ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਸੰਸਥਾ ਵੱਲੋਂ ਇਲਾਕੇ ਕੀ ਮਾਨਸਾ ਜ਼ਿਲ੍ਹੇ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਬਣਾਉਣ ਦਾ ਸਾਡਾ ਸੁਪਨਾ, ਆਧੁਨਿਕ ਲਾਇਬ੍ਰੇਰੀ ਦੀ, ਜਿੱਥੇ ਉਸ ਵਾਸਤੇ ਅਸੀਂ ਜਗ੍ਹਾ ਵੀ ਲਈ ਗਈ ਆ। ਸੰਸਥਾ ਵੱਲੋਂ ਸਾਨੂੰ ਇਹ ਵੀ ਮਾਣ ਮਹਿਸੂਸ ਹੋ ਰਿਹਾ ਕਿ ਸੰਸਥਾ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਾਡੇ ਮਾਸਟਰ ਕੁਲਵੰਤ ਸਿੰਘ ਜੀ, ਕੁਲਵਿੰਦਰ ਸਿੰਘ ਜੀ ਈਓ ਸਾਹਿਬ, ਅਤੇ ਕੁਲਦੀਪ ਸਿੰਘ ਜੀ ਆੜਤੀ ਐਸੋਸੀਏਸ਼ਨ, ਇਹਨਾਂ ਵੱਲੋਂ 1-1 ਲੱਖ ਰੁਪਏ ਦੇ ਕੇ ਸ਼ੁਰੂਆਤ ਵੀ ਕੀਤੀ ਗਈ, ਅਤੇ ਸੰਸਥਾ ਦੇ ਹੋਰ ਮੈਂਬਰਾਂ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ। ਸੋ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਆ ਕਿ ਜੇਕਰ ਕਿਸੇ ਨੇ 1 ਗਜ਼ ਦਾ ਹਿੱਸਾ ਪਾਉਣਾ ਹੋਵੇ ਉਹਦੇ ਲਈ 10,000 ਰੁਪਏ, ਜੇਕਰ ਕੋਈ ਹੋਰ ਵੀਰ ਨੇ ਮਦਦ ਕਰਨੀ ਤਾਂ 1100 ਰੁਪਏ ਫੁੱਟ ਦਾ ਅਸੀਂ ਰੱਖਿਆ, ਕੋਈ ਦਾਨ ਦੇ ਸਕਦਾ। ਇਹ ਮੇਨ ਆਧੁਨਿਕ ਲਾਇਬ੍ਰੇਰੀ ਅਤੇ ਬਜ਼ੁਰਗਾਂ ਲਈ ਦਿਨ ਵਾਸਤੇ ਵਧੀਆ ਇੱਕ ਮਨੋਰੰਜਨ ਦਾ ਸਿਸਟਮ ਵੀ ਬਣਾਵਾਂਗੇ ਉੱਥੇ, ਕਿ ਉਹਨਾਂ ਦਾ, ਬਜ਼ੁਰਗਾਂ ਦਾ ਵਧੀਆ ਤਰੀਕੇ ਨਾਲ ਟਾਈਮ ਪਾਸ ਹੋਵੇ, ਅਤੇ ਆਉਣ ਵਾਲੇ ਜਿਹੜੇ ਸਾਡੇ ਨੌਜਵਾਨ ਆ
ਉਹ ਆਪਣੇ ਟੈਸਟਾਂ ਦੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਣ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ। ਅਤੇ 1.5 ਲੱਖ ਰੁਪਇਆ ਅੱਜ ਸਾਡੇ ਬਲਵੀਰ ਕੌਰ ਜੀ ਜੋ ਆਸਟ੍ਰੇਲੀਆ ਤੋਂ ਆਏ ਨੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ, ਸੰਸਥਾ ਵੱਲੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤਾਂ ਮੈਂ ਗੱਲਬਾਤ ਕਰਾਂਗਾ ਕਿ ਆਸਟ੍ਰੇਲੀਆ ਤੋਂ ਜਿਹੜੇ ਆਏ ਨੇ ਬਹੁਤ ਵਧੀਆ ਜਿਹੜਾ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਬੁਲਾਡੇ ਦੇ ਵਿੱਚ ਬਹੁਤ ਵੱਡੀ ਆਹੂਤੀ ਦੇ ਰਹੇ ਹੋ ਮਹਾਂ ਉਤਸਵ ਦੇ ਵਿੱਚ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਸ ਸੰਸਥਾ ਬਾਰੇ ਸਾਨੂੰ ਪਹਿਲੇ ਵੀ ਪਤਾ ਸੀ, ਪਰ ਹੁਣ ਇਹਦੇ ਕਾਰਜ ਦੇਖ ਕੇ ਸਾਡੀ ਬਹੁਤ ਖੁਸ਼ੀ ਹੋਈ ਹੈ। ਅਸੀਂ ਵੱਧ ਤੋਂ ਵੱਧ ਆਸਟ੍ਰੇਲੀਆ ਵਿੱਚ ਹੁਣ ਇਸ ਸੰਸਥਾ ਵਾਸਤੇ ਮੈਂਬਰ ਬਣਾ ਰਹੇ ਹਾਂ। ਆਸ ਹੈ ਕਿ ਅਸੀਂ ਅੱਗੇ ਤੋਂ ਹੋਰ ਵੱਧ ਤੋਂ ਵੱਧ ਮੈਂਬਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਸਟ੍ਰੇਲੀਆ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਾਂਗਾ, ਚਾਹਾਂਗੀ ਕਿ ਮਾਤਾ ਗੁਜਰੀ ਭਲਾਈ ਕੇਂਦਰ ਦਾ ਅਸੀਂ ਥੈਂਕਸ ਕਰਦੇ ਹਾਂ, ਬਲਕਿ ਉਹ ਉਹਨਾਂ ਨੇ ਜਿਹੜਾ ਇਹ ਕਾਲਜ ਸਿਰੇ ਚੜਾਇਆ ਕਿ ਸਾਰਿਆਂ ਨੂੰ ਸੇਵਾ ਕਰਨ ਦਾ ਬਲ ਅਤੇ ਉੱਦਮ ਦਿੱਤਾ ਕਿ ਹਿੰਮਤ ਦਿੱਤੀ ਹੈ ਕਿ ਸਾਰੇ ਸੇਵਾ ਕਰ ਸਕਣ। ਪਰਮਾਤਮਾ ਕਰੇ ਇਹਨਾਂ ਸਾਰਿਆਂ ਦੇ ਸਿਰ 'ਤੇ ਮੇਰੇ ਭਰੇ ਹੱਥ ਰੱਖਣ ਅਤੇ ਵੱਧ ਤੋਂ ਵੱਧ ਇਹ ਕਾਰਜ ਹੋਰ ਅੱਗੇ ਵਧਾਉਣ। ਤਾਂ ਲੋੜਵੰਦ ਪਰਿਵਾਰ 20 ਫਰਵਰੀ ਤੱਕ ਜਿਹੜੇ ਇਹ ਸੰਪਰਕ ਕਰ ਸਕਦੇ ਨੇ, ਮੈਂਬਰ ਹੋਰ ਵੀ ਮੌਜੂਦ ਨੇ, ਕੁਛ ਜਾਣਕਾਰੀ ਅਧੂਰੀ ਰਹਿ ਗਈ ਹੈ ਤਾਂ ਗੱਲਬਾਤ ਕਰਦੇ, ਕੀ ਕਹਿਣਾ ਚਾਹੋਗੇ? ਧੰਨਵਾਦ ਸਾਰੇ ਤੁਹਾਡਾ ਬਹੁਤ ਬਹੁਤ ਜੀ, ਤੁਸੀਂ ਚੈਨਲ ਦਾ ਸਾਡਾ ਕਵਰੇਜ ਸ਼ੁਰੂ ਤੋਂ ਲੈ ਕੇ ਦਿੰਦੇ ਆ ਰਹੇ ਹੋ। ਅਤੇ ਮਾਤਾ ਗੁਜਰੀ ਭਲਾਈ ਕੇਂਦਰ ਦੀਆਂ ਜਿਹੜੀਆਂ ਸੇਵਾਵਾਂ ਨੇ, ਮੈਂ ਇੱਕ ਹੋਰ ਪਾਸੇ ਹੋਰ ਪੱਖ ਨੂੰ ਧਿਆਨ ਦਿਵਾਉਣਾ ਚਾਹੂੰਗਾ, ਕਿਉਂਕਿ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਬੱਚਿਆਂ ਦੀ ਪੜ੍ਹਾਈ ਹੈ, ਜਿਹੜੇ ਬੱਚੇ ਸਵਰਨ ਜਾਤੀ ਦੇ ਨੇ, ਮਤਲਬ ਐੱਸ ਸੀ ਤੋਂ ਬਾਹਰ ਨੇ, ਕਿਉਂਕਿ ਐੱਸ ਸੀ ਨੂੰ ਕਾਲਜਾਂ ਦੇ ਵਿੱਚ ਛੂਟ ਮਿਲ ਜਾਂਦੀ ਹੈ ਫੀਸ ਦੀ, ਅਤੇ ਜਿਹੜੇ ਸਵਰਨ ਜਾਤੀ ਦੇ ਬੱਚੇ ਨੇ ਉਹਨਾਂ ਨੂੰ ਕਈ ਵਾਰੀ ਉਹਨਾਂ ਕੋਲ ਵੀ ਸਾਧਨ ਨਹੀਂ ਹੁੰਦੇ ਤਾਂ ਉਹਨਾਂ ਦੀ ਜਿਹੜੀ ਪੜ੍ਹਾਈ ਵਿੱਚ ਰੁਕਦੀ ਹੈ। ਤਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਬੱਚੇ ਯੋਗ ਨੇ ਅੱਗੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੀ ਫੀਸ ਕਾਲਜ ਦੇ ਵਿੱਚ ਉਤਾਰੀ ਜਾਂਦੀ ਹੈ। ਹਰ ਸਾਲ ਉਪਰਾਲਾ ਕੀਤਾ ਜਾ ਰਿਹਾ ਔਰ ਕੋਸ਼ਿਸ਼ ਕਰਦੇ ਹਾਂ ਵੀ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਹੋਰ ਅੱਗੇ ਵਧਾਇਆ ਜਾ ਸਕੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਲੜਕੀ ਦੀ ਉਮਰ ਜਿਹੜੀ 18 ਸਾਲ ਹੈ, ਮੁੰਡੇ ਦੀ ਉਮਰ ਜਿਹੜੀ 21 ਸਾਲ ਹੈ, ਕੋਈ ਵੀ ਲੋੜਵੰਦ ਪਰਿਵਾਰ ਹੋਵੇ ਤਾਂ ਸੰਸਥਾ ਦੇ ਨਾਲ ਜਿਹੜਾ ਕੰਟੈਕਟ ਨੰਬਰ ਇੱਕ ਵਾਰ ਦੱਸ ਦਿੱਤਾ ਜਾਵੇ ਤੁਹਾਡਾ, ਤਾਂ ਜੋ ਜਿਹੜਾ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ। ਕੀ ਹੈ ਕੰਟੈਕਟ ਨੰਬਰ? 94175 ਜੀ, 10843 98727 5507 94172 5484। ਤਾਂ ਤੁਸੀਂ ਜਿਹੜੇ ਨੰਬਰ ਸੁਣੇ ਨੇ ਤਾਂ ਇਹ ਨੋਟ ਕਰ ਲਓ, ਕੋਈ ਵੀ ਅਗਰ ਲੋੜਵੰਦ ਪਰਿਵਾਰ ਅਗਰ ਤੁਹਾਡੇ ਨਿਗਾਹ ਦੇ ਵਿੱਚ ਹੈ ਤਾਂ ਜ਼ਰੂਰ ਇਸ ਸੰਸਥਾ ਦੇ ਨਾਲ ਸੰਪਰਕ ਕਰਕੇ ਤੁਸੀਂ ਜਿਹੜਾ ਇਹ ਨੇਕ ਉਪਰਾਲੇ ਦੇ ਵਿੱਚ ਆਪਣੀ ਆਹੂਤੀ ਪਾ ਸਕਦੇ ਹੋ। ਕੈਮਰਾ ਪਰਸਨ ਪ੍ਰਿੰਸ ਦੇ ਨਾਲ ਮੈਂ ਅਮਿਤ ਚਾਵਲਾ, ਦੈਨਿਕ ਸਵੇਰਾ ਟੀਵੀ ਬੁਢਲਾਡਾ।